ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਇਹ ਤਸਵੀਰਾਂ ਫਿਰੋਜ਼ਪੁਰ ਸ਼ਹਿਰ ਦੀਆਂ ਨੇ ਜੋ ਇਹ ਬਿਆਨ ਕਰ ਰਹੀਆਂ ਨੇ ਕਿ ਲੁਟੇਰਿਆਂ ਨੂੰ ਪੁਲਿਸ ਦਾ ਬਿਲਕੁਲ ਵੀ ਖੌਫ ਨਹੀਂ ਹੈ ਕਿਉਂਕਿ ਇਹ ਲੁਟੇਰੇ ਹਥਿਆਰ ਦੀ ਨੋਕ ਉੱਤੇ ਇੱਕ ਕਾਰ ਲੁੱਟ ਕੇ ਫਰਾਰ ਹੋ ਜਾਂਦੇ ਨੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਾਰ ਦੇ ਮਾਲਕ ਨੇ ਦੱਸਿਆ ਕਿ ਉਸਦੇ ਪਿਤਾ ਆਪਣੇ ਕਿਸੇ ਕਰੀਬੀ ਦਾ ਪਤਾ ਲੈਣ ਦੇ ਲਈ ਬਾਗੀ ਹਸਪਤਾਲ ਦੇ ਵਿੱਚ ਆਏ ਸਨ। ਜਦੋਂ ਉਹ ਅੰਦਰ ਚਲੇ ਗਏ ਤਾਂ ਪਿੱਛੋਂ ਕੁਝ ਅਣਪਛਾਤੇ ਵਿਅਕਤੀ ਆਉਂਦੇ ਨੇ ਅਤੇ ਕਾਰ ਦੇ ਵਿੱਚ ਬੈਠੇ ਡਰਾਈਵਰ ਦੀ ਕੁੱਟਮਾਰ ਕਰਕੇ ਕਾਰ ਖੋਹ ਕੇ ਫਰਾਰ ਹੋ ਜਾਂਦੇ ਨੇ। ਸਰ, ਜਿਹੜੀ ਕਾਰ 'ਚ ਖੋਈ ਗਈ ਹੈ, ਕੌਣ ਸੀਗੇ ਬੰਦੇ, ਪਤਾ ਲੱਗਿਆ ਜੀ, ਔਰ ਕਿਵੇਂ ਕਦੋਂ ਟਾਈਮ ਕੀ ਸੀਗਾ ਜੀ? ਸਾਢੇ ਕਿਸੇ 5-7 ਦੀ ਗੱਲ ਹੈ ਜੀ। ਪੇਰੈਂਟਸ ਸਾਹਿਬ ਆਏ ਸੀ ਮੇਰੇ ਫਾਦਰ ਸਾਹਿਬ ਇੱਥੇ ਫਿਰੋਜ਼ਪੁਰ ਵਿਖੇ ਬਾਗੀ ਹੋਸਪਿਟਲ ਕਿਸੇ ਦਾ ਪਤਾ ਲੈਣ। ਉਸ ਟਾਈਮ ਡਰਾਈਵਰ ਬਾਹਰ ਖੜਾ ਹੋਇਆ ਸੀ ਅਤੇ ਦੋ ਕੋਈ ਅਣਪਛਾਤੇ ਲੋਕ ਆਏ, ਉਹਨੂੰ ਕਹਿੰਦੇ ਕਾਰ ਦਾ ਸ਼ੀਸ਼ਾ ਖੋਲ੍ਹ, ਉਹਨੇ ਸ਼ੀਸ਼ਾ ਨਹੀਂ ਖੋਲ੍ਹਿਆ ਅਤੇ ਉਸ ਤੋਂ ਬਾਅਦ ਉਹਨੂੰ ਸ਼ੀਸ਼ੇ ਨੂੰ ਤੋੜ ਕੇ ਉਹਨੂੰ ਡਰਾਈਵਰ ਨੂੰ ਬਾਹਰ ਕੱਢ ਲਿਆ ਅਤੇ ਪਿਸਟਲ ਦਿਖਾ ਕੇ ਉਹਨੂੰ ਨਾਲੇ ਕੁੱਟਿਆ। ਉਸ ਤੋਂ ਬਾਅਦ ਸਰ ਉਹਨੂੰ ਬਾਹਰ ਭਜਾ ਕੇ ਅਤੇ ਗੱਡੀ ਖੋ ਗਿਆ ਉਹਦੇ ਕੋਲ ਭੱਜ ਕੇ। ਇਸ ਘਟਨਾ ਦੀ ਸੂਚਨਾ ਜਦੋਂ ਪੁਲਿਸ ਨੂੰ ਮਿਲੀ ਤਾਂ ਉਹਨਾਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਤੁਰੰਤ ਪੁਲਿਸ ਦੀਆਂ ਟੀਮਾਂ ਬਣਾ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ। ਹਰਭਾਗ ਸਿੰਘ ਨਾਂ ਦਾ ਆਦਮੀ ਆਪਣਾ ਜੀਰੇ ਕੋਲ ਪਿੰਡ ਮਹੂੜ ਦਾ, ਉਹ ਆਪਣੇ ਮਾਲਕਾਂ ਦਾ ਜੀਰੇ ਤੋਂ ਨਵੀਨ ਉਹਨਾਂ ਦੇ ਨਾਲ ਇੱਥੋਂ ਮਰੀਜ਼ ਦਾ ਪਤਾ ਲੈਣ ਆਏ ਬਾਗੀ ਹੋਸਪਿਟਲ। ਬਾਗੀ ਹੋਸਪਿਟਲ ਦੇ ਰੋਡ 'ਤੇ ਕਿਤੇ ਗੱਡੀ ਲੱਗੀ, ਉੱਥੇ ਕੁਝ ਨੌਜਵਾਨ ਆਏ, ਉਹਨਾਂ ਨੇ ਆਪਣਾ ਉਹਨੂੰ ਸ਼ੀਸ਼ਾ ਭੰਨਿਆ ਅਤੇ ਉਹਦੇ ਕੋਲ ਗੱਡੀ ਜਿਹੜੀ ਲੈ ਕੇ ਚਲੇ। ਸਰ, ਹਾਈਲਾਈਟ ਚੱਲਦਾ ਪਿਆ, ਲੱਗਦਾ ਵੀ ਕੋਈ ਮਤਲਬ ਕਿ ਇਸ ਚੀਜ਼ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਵੀ ਕੋਈ ਦੇਸ਼ ਵਿਰੋਧੀ ਅੰਸਰ ਵੀ ਹੋ ਸਕਦੇ ਆ ਵੀ ਇਹਦੇ ਵਿੱਚ? ਕਿੰਨੇ ਲੋਕ ਸੀ ਕੈਮਰੇ 'ਚ, ਕੀ ਪਕੜ ਆਇਆ ਜੀ ਤੁਹਾਡੇ ਸੀਸੀਟੀਵੀ ਕੈਮਰੇ ਤੁਸੀਂ ਚੈੱਕ ਕਰ ਰਹੇ ਹੋ? ਸੀਸੀਟੀਵੀ ਕੈਮਰੇ ਦੇ ਵਿੱਚ ਦੋ ਆਦਮੀ ਆਏ ਆ ਵੀ ਜਿਹੜੇ ਗੱਡੀ ਦੇ ਕੋਲੇ ਆਏ ਤੇ ਗੱਡੀ ਨੂੰ ਸ਼ੀਸ਼ਾ ਭੰਨਿਆ। ਸਰ, ਡਰਾਈਵਰ ਨੇ ਕੀ ਦੱਸਿਆ ਜੀ ਹਜੇ ਤੀਕਰ ਵੀ ਕੋਈ ਇਹਨਾਂ ਕੋਲ ਹਥਿਆਰ ਸੀਗੇ ਜਾਂ ਕੀ? ਡਰਾਈਵਰ ਨੇ ਕੁਛ ਨਹੀਂ ਦੱਸਿਆ ਜਦੋਂ ਬਿਆਨ ਲਿਖਿਆ। ਸਰ, ਇਸ ਚੀਜ਼ 'ਤੇ ਵੀ ਜਾਂਚ ਹੋ ਰਹੀ ਹੈ ਵੀ ਕੋਈ ਦੇਸ਼ ਵਿਰੋਧੀ ਅੰਸਰ ਹੋ ਸਕਦੇ? ਹਜੇ ਤਫਤੀਸ਼ ਚੱਲਦੀ ਨਹੀਂ, ਉਹ ਜਿਹੀ ਬਣਦੀ ਸਭ। ਸਰ, ਸੀਸੀਟੀਵੀ ਗੱਲ ਹੈਗੀ ਜੀ, ਉਹਦੇ 'ਚ ਕੀ ਆ ਰਿਹਾ? ਚੈੱਕ ਕਰ ਰਹੇ ਆ, ਟੀਮਾਂ ਬਣਾ ਕੇ ਭੇਜੀਆਂ। ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਲੁੱਟ ਦੀ ਇਹ ਕੋਈ ਪਹਿਲੀ ਵਾਰਦਾਤ ਨਹੀਂ ਹੈ ਕਿਉਂਕਿ ਇੱਥੇ ਕੁਝ ਸਮਾਂ ਪਹਿਲਾਂ ਵੀ ਲੁਟੇਰਿਆਂ ਦੇ ਵੱਲੋਂ ਕਾਰ ਲੁੱਟੀ ਗਈ ਸੀ। ਫਿਰੋਜ਼ਪੁਰ ਤੋਂ ਬੌਬੀ ਖੁਰਾਣਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ? ਅਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ।